ਸੇਵਾ ਦਾ ਕੋਈ ਡੈਫੀਨੇਸ਼ਨ ਨਹੀਂ ਹੈਗੀ ਜੀ। ਸੇਵਾ ਬਹੁਤ ਤਰ੍ਹਾਂ ਦੀ ਆ, ਪਰ ਜਿਹੜੀ ਸਾਡੀ ਸੰਸਥਾ ਯੂਨਾਈਟਿਡ ਸਿੱਖ ਕਰਾ ਰਹੀ ਹੈ ਸੇਵਾ, ਇੱਕ ਬੜੀ ਵਿਲੱਖਣ ਸੇਵਾ ਹੈ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਯੂਨਾਈਟਿਡ ਸਿੱਖ ਮਿਸ਼ਨ ਨੂੰ ਇੱਕ ਸੇਵਾ ਮਿਲੀ ਹੈ, ਜਿਸ ਨੂੰ ਕਿ ਅਸੀਂ ਸੋਲਰ ਪ੍ਰੋਜੈਕਟ ਦੇ ਰੂਪ ਦੇ ਵਿੱਚ ਚਲਾ ਰਹੇ ਹਾਂ। ਸਾਰੇ ਰੂਫਸ ਦੇ ਉੱਪਰ ਹੀ ਪਲਾਂਟ ਲੱਗਣੇ ਨੇ, ਕਿਸੇ ਨੂੰ ਕੋਈ ਇਹਦੇ 'ਚ ਡਿਊਰਿੰਗ ਕੰਸਟਰਕਸ਼ਨ ਕੋਈ ਇਨਕਨਵੀਨੀਅੰਸ ਨਹੀਂ ਹੋਣੀ। ਦਰਬਾਰ ਸਾਹਿਬ ਵਿੱਚ ਸੰਗਤ ਦਾ ਦਿੱਤਾ ਹੋਇਆ ਦਾਨ ਕਾਫੀ ਹਿੱਸਾ ਉਹਦਾ ਬਿਜਲੀ ਦੇ ਬਿੱਲਾਂ ਦੇ ਖਰਚੇ ਦੇ ਤੌਰ 'ਤੇ ਦੇਣਾ ਪੈਂਦਾ ਸੀ। ਜਦੋਂ ਇਹ ਸੋਲਰ ਪੈਨਲ ਲਾ ਦਿੱਤਾ, ਉਹਦੇ ਨਾਲ ਸੰਗਤ ਦੇ ਜਿਹੜੀ ਦਾਨ ਕੀਤਾ ਉਹ ਬਚਤ ਸਿੱਖ ਸੰਗਤ ਦੇ ਮਾਨਵਤਾ ਦੇ ਭਲੇ ਲਈ ਕੰਮ ਆਵੇਗਾ। ਨਾਨਕ ਨਾਮ ਲੈਵਾ ਸੰਗਤ ਹੈਗੀ ਹੈ, ਸਾਰਿਆਂ ਨੂੰ ਸਾਡੀ ਅਪੀਲ ਹੈ ਕਿ ਸਾਡੇ ਨਾਲ ਜੁੜੋ। ਜਿੱਥੇ ਚੰਗੀ ਸੋਚ ਹੋਵੇ ਉੱਥੇ ਹਰ ਇਨਸਾਨ ਦਾ ਫਰਜ਼ ਬਣਦਾ ਵੀ ਤਕੜੇ ਹੋ ਕੇ ਪਹਿਰਾ ਦੇਵੇ। ਇਹ ਜੀ ਤੁਸੀਂ ਯੂਨਾਈਟਿਡ ਸਿੱਖ ਮਿਸ਼ਨ .org 'ਤੇ ਜਾ ਕੇ ਵੈਬਸਾਈਟ ਦੇ ਉੱਤੇ ਡੋਨੇਟ ਪੇਪਾਲ ਥਰੂ ਬੈਨਵੋ ਥਰੂ ਜਾਂ ਹੋਰ ਜਿਹੜਾ ਵੀ ਕੋਈ ਸਾਧਨ ਬਣ ਸਕਦਾ ਉੱਥੇ ਐਡਰੈਸ ਵੀ ਹੈਗੀ ਹੈ, ਮੇਲ ਵੀ ਕਰ ਸਕਦੇ ਹਾਂ, ਔਨਲਾਈਨ ਵੀ ਕਰ ਸਕਦੇ ਹਾਂ। ਜਦੋਂ ਵੀ ਤੁਸੀਂ ਪੈਸਾ ਔਨਲਾਈਨ ਕਰੋ ਉਹਦੀ ਰਸੀਦ ਸਾਨੂੰ ਜ਼ਰੂਰ ਭੇਜ ਦਿਓ, ਤਾਂ ਜੋ ਬਣਦੀ ਹੋਈ ਰਸੀਦ ਉਹ ਤੁਹਾਨੂੰ ਭੇਜੀ ਜਾ ਸਕੇ, ਤੁਸੀਂ ਇਸਦਾ ਟੈਕਸ ਡਿਡਕਸ਼ਨ ਲੈ ਸਕੋ। ਉਹ ਬੜੇ ਭਾਗਾਂ ਵਾਲੇ ਆ ਗੁਰੂ ਮਹਾਰਾਜ ਕਿਰਪਾ ਕਰਨ ਜਿਹੜੇ ਇੱਥੇ ਇਹ ਸੇਵਾ ਕਰਨਗੇ, ਕਿਉਂਕਿ ਜਦੋਂ ਹਰਿਮੰਦਰ ਸਾਹਿਬ ਦਾ ਨਾਂ ਆ ਜਾਂਦਾ ਨਾ ਤਾਂ ਫਿਰ ਹਰ ਇੱਕ ਇਨਸਾਨ ਦੇ ਮਨ 'ਚ ਹੁੰਦਾ ਵੀ ਜਿੰਨੀ ਵੀ ਤਿਲ ਫੁਲਿਆ ਮੈਂ ਜ਼ਰੂਰ ਉਪਰਾਲਾ ਕਰਾਂ।